हाँ जी दोस्तों, सत श्री अकाल। मैं रमनदीप सिंह एक बार फिर हाजिर हाँ थोड़े अपने चैनल रमन इंस्टीट्यूट से। सो अज की असं इस वीडियो के पोलिटिकल ना रिलेटड सिखाने यानी राजनीति संबंधित जोड़े असी क्वेश्चन थोड़े लिए लेके आए हैं कि ये जो क्वेश्चन ने थोड़े पी एस टैट एच टैट और सी टैट के पूरे ही हेल्पफुल होल ही होर कई क्वानिटेटिव एग्जाम के भी थोड़ी यह मदद कर। सो अज की इस वीडियो शुरू करने तो पहला एक रिक्वेस्ट है कि जेडे विद्यार्थी इस चैनल पर पहली बार आए हैं साडे चैनल में सबसक्राइब कर लैन ते नाल ही बैल आइकॉन ते क्लिक कर लैन ता जो उन्होंने आने वाली लेटेस्ट वीडियो जो भी असी पागे सी टैट नाल संबंधित एच टैट नाल संबंधित पी टैट नाल संबंधित जां किसी होर क्वानिटेटिव एग्जाम जां जीके नाल संबंधित असी कोई भी वीडियो बनाने हैगे आ वो सब तो पहला उन्होंने घर बैठे मिल सके। और हाँ, वीडियो नूं पूरी देखिया करो ता जो तुहानूं सारे क्वेश्चन जिहड़े उह तुसीं उस नूं सुण सको, क्योंकि जे तुहाडी तुसीं एक वी क्वेश्चन जिहड़ा विचों मिस कर दिता तां हो सकदा कई वार उह तुहाडे पेपर दे विच आ जावे ते तुसीं उस नूं स्किप कर दिता होवे तां उस नाल तुहाडा जिहड़ा लॉस हो सकदा। और हो सकदा कि क्वेश्चन तुसीं उह रीड कीता होवे ते उह आ जावे, उस नाल तुहाडे जिहड़े नंबर ने जिहड़े उह हाई अप हो सकते नेगे। सो वीडियो नूं पूरा देखिया करो ते लास्ट दे विच लाइक करना ते कमेंट करना ना भुलिया करो। सानूं जरूर दस्सिया करो कि वीडियो किस तरह की लगी ता जो असीं उस तरीके नाल तुहाडी वीडियो जी होर बना सकीए और बेहतर बना सकीए। सो स्टार्ट करते हैं अज्ज दी इस वीडियो दे विच असीं पोलिटिकल दे संबंधित क्वेश्चन जिहड़े। सो फस्ट क्वेश्चन तो चलते हैं जी, विश्व विच प्रचलित किन्ने धर्म प्रमुख हन जी? ऑप्शन एक हैगा जी 6, ऑप्शन 2 हैगा जी 7, ऑप्शन 3 हैगा जी 8 ਅਤੇ ਆਪਸ਼ਨ 4 ਹੈਗਾ ਜੀ 9। ਸੋ ਵਿਸ਼ਵ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਜਿਹੜੇ ਧਰਮ ਨੇ ਜੀ ਉਹ ਯਾਨੀ ਕਿ 8 ਧਰਮ ਨੇਗੇ ਜਿਹੜੇ ਪੂਰੇ ਸੰਸਾਰ ਦੇ ਵਿੱਚ ਨੇਗੇ, ਵੱਖ ਵੱਖ ਪ੍ਰਕਾਰ ਦੇ ਜਿਹੜੇ ਧਰਮ ਨੇ ਉਹ ਸਾਰੇ ਟੋਟਲ ਜਿਹੜੇ ਸੰਸਾਰ ਦੇ ਵਿੱਚ ਉਹ 8 ਧਰਮ ਨੇ। ਸੋ ਅੱਗੇ ਨੈਕਸਟ ਕੁਐਸਚਨ ਜੀ, ਦਲਿਤ ਸਮੁਦਾਇ ਜਿਹੜਾ ਮੁਖੀ ਆ ਉਹ ਕਿਸ ਨੂੰ ਮੰਨਿਆ ਜਾਂਦਾ ਹੈਗਾ? ਸੋ ਆਪਸ਼ਨ 1 ਹੈਗਾ ਜੀ ਡਾਕਟਰ ਰਜਿੰਦਰ ਪ੍ਰਸਾਦ, ਆਪਸ਼ਨ 2 ਹੈਗਾ ਗੁਰੂ ਤੇਗ ਬਹਾਦਰ ਜੀ, ਆਪਸ਼ਨ 3 ਹੈਗਾ ਡਾਕਟਰ ਭੀਮ ਰਾਓ ਅੰਬੇਦਕਰ, ਆਪਸ਼ਨ 4 ਹੈਗਾ ਜੀ ਪੰਡਿਤ ਲਾਲ ਨਹਿਰੂ ਜਵਾਹਰ ਲਾਲ ਨਹਿਰੂ। ਸੋ ਇਹਦਾ ਸਹੀ ਜਿਹੜਾ ਉੱਤਰ ਹੈਗਾ ਜੀ ਉਹ ਡਾਕਟਰ ਭੀਮ ਰਾਓ ਅੰਬੇਦਕਰ ਆ, ਕਿਉਂਕਿ ਉਸ ਨੇ ਯਾਨੀ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਦਲਿਤ ਸਮਾਜ ਦੇ ਲਈ ਜਿਹੜੀਆਂ ਨੀਤੀਆਂ ਬਣਾਈਆਂ ਸੀਗੀਆਂ ਔਰ ਆਖਮਕਰਨ ਕਰਿਆ ਸੀਗਾ ਤਾਂ ਜੋ ਜਿਹੜਾ ਦਲਿਤ ਸਮਾਜ ਆ ਉਹ ਉੱਪਰ ਉੱਠ ਸਕੇ। ਇਸ ਲਈ ਅਸੀਂ ਦਲਿਤ ਸਮਾਜ ਜਿਹੜਾ ਮੁਖੀ ਆ ਉਹ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਕਿਹਾ ਜਾਂਦਾ ਹੈਗਾ। ਸੋ ਅੱਗੇ ਨੈਕਸਟ ਕੁਐਸਚਨ ਜੀ, ਜਾਤੀ ਪ੍ਰਥਾ ਰੂਪ ਹੈ? ਆਪਸ਼ਨ 1 ਹੈਗਾ ਜੀ ਅਸਮਾਨਤਾ ਦਾ, ਆਪਸ਼ਨ 2 ਹੈਗਾ ਜੀ ਸੰਸਕ੍ਰਿਤੀ ਦਾ, ਆਪਸ਼ਨ 3 ਹੈਗਾ ਜੀ ਵਿਭਿੰਨਤਾ ਦਾ। ਸੋ ਜਿਹੜੀ ਜਾਤੀ ਪ੍ਰਥਾ ਦਾ ਹੈਗਾ ਉਸ ਨੂੰ ਅਸੀਂ ਅਸਮਾਨਤਾ ਦਾ ਰੂਪ ਕਹਿ ਸਕਦੇ ਹੈਗੇ ਹਾਂ, ਕਿਉਂਕਿ ਜਾਤੀ ਪ੍ਰਥਾ ਨਾਲ ਜਿਹੜੇ ਸਮਾਜ ਦੇ ਵਿੱਚ ਅਸਮਾਨਤਾ ਹੁੰਦੀ ਹੈਗੀ ਆ, ਜਾਤ ਦੇ ਆਧਾਰ 'ਤੇ ਜਿਹੜਾ ਵਿਤਕਰਾ ਕੀਤਾ ਜਾਂਦਾ ਜਿਸ ਨਾਲ ਸਮਾਜ ਦੇ ਵਿੱਚ ਇੱਕ ਅਸਮਾਨਤਾ ਜਿਹੜੀ ਉਹ ਫੈਲ ਜਾਂਦੀ ਹੈਗੀ ਹੈਗੀ। ਸੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ ਜੀ, ਭਾਰਤ ਦੀ ਖੋਜ ਪੁਸਤਕ ਕਿਸ ਨੇ ਲਿਖੀ ਹੈ? ਆਪਸ਼ਨ 1 ਹੈਗਾ ਜੀ ਲਾਲ ਬਹਾਦਰ ਸ਼ਾਸਤਰੀ, ਆਪਸ਼ਨ 2 ਹੈਗਾ ਜੀ ਕੋਲੰਬਸ ਜੀ, ਆਪਸ਼ਨ 3 ਹੈਗਾ ਡਾਕਟਰ ਸੇਨ ਜੀ, ਆਪਸ਼ਨ 4 ਹੈਗਾ ਜੀ ਪੰਡਿਤ ਨਹਿਰੂ ਜੀ। ਸੋ ਇਹਦਾ ਸਹੀ ਉੱਤਰ ਹੈਗਾ ਜੀ ਪੰਡਿਤ ਨਹਿਰੂ। ਪੰਡਿਤ ਨਹਿਰੂ ਨੇ ਜਿਹੜੀ ਭਾਰਤ ਦੀ ਖੋਜ ਪੁਸਤਕ ਹੈ ਜਿਹੜੀ ਉਹ ਲਿਖੀ ਸੀਗੀ। ਸੋ ਅੱਗੇ ਨੈਕਸਟ ਕੁਐਸਚਨ ਜੀ, ਈਸਾਈ ਧਰਮ ਦਾ ਪ੍ਰਚਾਰਕ ਕੇਰਲ ਵਿੱਚ ਕਦੋਂ ਆਇਆ? ਆਪਸ਼ਨ 1 ਹੈਗਾ ਜੀ ਲਗਭਗ 2000 ਸਾਲ ਪਹਿਲਾਂ, ਆਪਸ਼ਨ 2 ਹੈਗਾ ਜੀ 1500 ਸਾਲ ਪਹਿਲਾਂ, ਆਪਸ਼ਨ 3 ਹੈਗਾ ਜੀ 2500 ਸਾਲ ਪਹਿਲਾਂ, ਆਪਸ਼ਨ 4 ਹੈਗਾ ਅਪਰੋਕਤ ਵਿੱਚੋਂ ਕੋਈ ਨਹੀਂ। ਸੋ ਜਿਹੜਾ ਸਹੀ ਉੱਤਰ ਹੈਗਾ ਜੀ ਉਹ 1 ਹੈਗਾ, ਯਾਨੀ ਕਿ 2000 ਸਾਲ ਪਹਿਲਾਂ ਜਿਹੜਾ ਈਸਾਈ ਧਰਮਿਕ ਪ੍ਰਚਾਰਕ ਜਿਹੜਾ ਕੇਰਲ ਵਿੱਚ ਆਇਆ ਸੀਗਾ। ਸੋ ਅੱਗੇ ਨੈਕਸਟ ਕੁਐਸਚਨ 'ਤੇ ਚੱਲਦੇ ਹੈਗੇ ਜੀ, 75% ਤੋਂ ਵੱਧ ਭਾਰਤੀ ਪਿੰਡਾਂ ਵਿੱਚ ਭਾਰਤੀ ਜਿਹੜੇ ਉਹ ਪਿੰਡਾਂ ਵਿੱਚ ਨਿਵਾਸ ਕਰਦੇ ਹਨ, ਕਥਨ ਕੀ ਹੈ? ਸੋ ਆਪਸ਼ਨ 1 ਹੈਗਾ ਜੀ ਪੂਰਵਾਗ੍ਰਹਿ, ਆਪਸ਼ਨ 2 ਹੈਗਾ ਜੀ ਤੱਥ, ਆਪਸ਼ਨ 3 ਹੈਗਾ ਵਿਭੇਦ, ਆਪਸ਼ਨ 4 ਹੈਗਾ ਮਿੱਥਿਆ ਧਾਰਨਾ। ਸੋ ਜਿਹੜਾ ਦਾ ਸਹੀ ਜਿਹੜਾ ਉੱਤਰ ਹੈਗਾ ਜੀ ਉਹ 2 ਹੈ, ਯਾਨੀ ਕਿ ਇਹ ਤੱਥ ਹੈ, ਯਾਨੀ ਕਿ ਸੱਚ ਹੈ ਬਿਲਕੁਲ, ਕਿਉਂਕਿ 75% ਲੋਕ ਨੇ ਜਿਹੜੇ ਉਹ ਭਾਰਤ ਦੇ ਪਿੰਡਾਂ ਦੇ ਵਿੱਚ ਰਹਿੰਦੇ ਨੇਗੇ, ਸਾਰੀ ਜਨਸੰਖਿਆ ਯਾਨੀ 75% ਹੈ ਜੀ ਉਹ ਪਿੰਡਾਂ ਦੇ ਵਿੱਚ ਭਾਰਤ ਦੇ ਵਿੱਚ ਰਹਿੰਦੇ ਹੈਗੇ ਨੇ। ਸੋ ਅੱਗੇ ਨੈਕਸਟ ਜੀ, ਪਸ਼ਮੀਨਾ ਸਾਲ ਆਮ ਤੌਰ 'ਤੇ ਕਿੱਥੇ ਬਣਾਈ ਜਾਂਦੀ ਹੈਗੀ? ਆਪਸ਼ਨ 1 ਹੈਗਾ ਜੀ ਲਦਾਖ, ਆਪਸ਼ਨ 2 ਹੈਗਾ ਤਿੱਬਤ, ਆਪਸ਼ਨ 3 ਹੈਗਾ ਜੀ ਕੇਰਲ ਅਤੇ ਆਪਸ਼ਨ 4 ਹੈਗਾ ਕਸ਼ਮੀਰ। ਸੋ ਇਹਦਾ ਸਹੀ ਉੱਤਰ ਹੈਗਾ ਜੀ ਤਿੱਬਤ, ਯਾਨੀ ਕਿ ਜਿਹੜੀ ਪਸ਼ਮੀਨਾ ਜਿਹੜੀ ਸ਼ਾਲ ਹੈਗੀ ਹੈ ਜੀ ਉਹ ਆਮ ਤੌਰ 'ਤੇ ਉਹ ਤਿੱਬਤ ਦੇ ਵਿੱਚ ਬਣਾਈ ਜਾਂਦੀ ਹੈਗੀ ਹੈ। ਸੋ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ ਜੀ, ਭਾਰਤ ਵਿੱਚ ਕੁੱਲ ਕਿੰਨੇ ਨ੍ਰਿਤ ਨਾਚ ਪ੍ਰਚਲਿਤ ਹਨ? ਆਪਸ਼ਨ 1 ਹੈਗਾ ਜੀ 150, ਆਪਸ਼ਨ 2 ਹੈਗਾ ਜੀ 100, ਆਪਸ਼ਨ 3 ਹੈਗਾ 120 ਜੀ, ਆਪਸ਼ਨ 4 ਹੈਗਾ 80। ਸੋ ਭਾਰਤ ਵਿੱਚ ਜਿਹੜੇ ਕੁੱਲ ਨ੍ਰਿਤ ਯਾਨੀ ਨਾਚ ਨੇਗੇ ਉਹ ਜਿਹੜੇ 100 ਨੇਗੇ, 100 ਭਾਰਤ ਦੇ ਵਿੱਚ ਕੁੱਲ ਨਾਚ ਅਤੇ ਨ੍ਰਿਤ ਪ੍ਰਚਲਿਤ ਨੇ। ਸੋ ਅੱਗੇ ਨੈਕਸਟ ਕੁਐਸਚਨ ਜੀ, ਦਲਿਤ ਸ਼ਬਦ ਦਾ ਅਰਥ ਹੁੰਦਾ ਹੈ? ਆਪਸ਼ਨ 1 ਹੈ ਅਨੁਸੂਚਿਤ ਜਾਤੀ, ਆਪਸ਼ਨ 2 ਹੈਗਾ ਅਨੁਸੂਚਿਤ ਜਨਜਾਤੀ, ਆਪਸ਼ਨ 3 ਹੈ ਟੁੱਟਿਆ ਹੋਇਆ, ਆਪਸ਼ਨ 4 ਹੈ ਪਛੜੀ ਜਾਤੀ ਪਛੜੀ ਜਾਤ। ਸੋ ਜਿਹੜਾ ਸਹੀ ਜਿਹੜਾ ਉੱਤਰ ਹੈਗਾ ਜੀ ਉਹ ਹੈਗਾ ਟੁੱਟਿਆ ਹੋਇਆ
ਜਾਣੀ ਕਿ ਦਲਿਤ ਉਹ ਜਿਹੜਾ ਇੱਕ ਟੁੱਟਿਆ ਹੁੰਦਾ ਹੈਗਾ, ਵੱਖ ਕੀਤਾ ਜਾਂਦਾ ਸਮਾਜ ਦੇ ਨਾਲੋਂ, ਉਸ ਦਾ ਜਿਹੜਾ ਘੱਟ ਲੈਣ ਦੇਣ ਹੁੰਦਾ ਹੈਗਾ ਗਾ, ਉਸਨੂੰ ਥੋੜ੍ਹਾ ਦਲਿਤ ਸਮਝਿਆ ਜਾਂਦਾ ਹੈਗਾ ਗਾ। ਸੋ ਅੱਗੇ ਨੈਕਸਟ ਚੱਲਦੇ ਹੈਗੇ ਭਾਰਤੀ ਸੰਵਿਧਾਨ ਦਾ ਜਿਹੜਾ ਪਹਿਲਾ ਪਾਠ ਜੋ ਕਿ ਸਮਾਨਤਾ ਦਰਸਾਉਂਦਾ ਹੈ, ਅਖਵਾਉਂਦਾ ਹੈ। ਆਪਸ਼ਨ ਇੱਕ ਹੈਗਾ ਜੀ ਪ੍ਰਸਤਾਵਨਾ, ਆਪਸ਼ਨ ਦੋ ਹੈ ਸਿਰਲੇਖ ਪਾਠ, ਆਪਸ਼ਨ ਤਿੰਨ ਹੈ ਅਧਿਕਾਰ, ਆਪਸ਼ਨ ਚਾਰ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਸੋ ਜਿਹੜਾ ਭਾਰਤੀ ਸੰਵਿਧਾਨ ਜਿਹੜਾ ਪਹਿਲਾ ਪਾਠ ਹੈ ਜਿੱਥੋਂ ਸੰਵਿਧਾਨ ਜਿਹੜਾ ਸ਼ੁਰੂ ਹੁੰਦਾ, ਉੱਥੇ ਜਿਹੜੀ ਸਮਾਨਤਾ ਦਰਸਾਉਂਦਾ ਹੈਗਾ ਉਹ ਪ੍ਰਸਤਾਵਨਾ ਦਰਸਾਉਂਦਾ। ਪ੍ਰਸਤਾਵਨਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਭਾਰਤ ਦੇ ਲੋਕ ਜਿਹੜੇ ਇੱਕੋ ਨੇਗੇ, ਸਾਰਿਆਂ ਨੂੰ ਜਿਹੜਾ ਬਰਾਬਰ ਸਮਝਿਆ ਜਾਂਦਾ ਹੈਗਾ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸੋ ਅੱਗੇ ਨੈਕਸਟ ਕੁਐਸਚਨ ਚੱਲਦੇ ਹਾਂ ਜੀ। ਉਹ ਬਾਲਕ ਜਿਨ੍ਹਾਂ ਨੂੰ ਪਹਿਲਾਂ ਆਮ ਤੌਰ 'ਤੇ ਅਪੰਗ ਕਿਹਾ ਜਾਂਦਾ ਸੀ, ਹੁਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਆਪਸ਼ਨ ਇੱਕ ਹੈਗਾ ਜੀ ਵਿਕਲਾਂਗ, ਆਪਸ਼ਨ ਦੋ ਹੈਗਾ ਜੀ ਵਿਭਿੰਨ ਬਾਲਕ, ਆਪਸ਼ਨ ਤਿੰਨ ਹੈਗਾ ਵਿਸ਼ਿਸ਼ਟ ਜ਼ਰੂਰਤਾਂ ਵਾਲੇ ਬਾਲਕ ਜੀ, ਆਪਸ਼ਨ ਚਾਰ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਪਹਿਲਾਂ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਜਿਹੜਾ ਬੱਚਿਆਂ ਨੂੰ ਜਿਹੜੇ ਕਿਸੇ ਤਰ੍ਹਾਂ ਦੇ ਜਿਹੜੇ ਅਪੰਗ ਹੁੰਦੇ ਸੀ ਉਹਨਾਂ ਨੂੰ ਅਸੀਂ ਜਿਹੜਾ ਕਿ ਅਪੰਗ ਕਹਿ ਦਿੰਦੇ ਸੀ, ਕਿਸੇ ਪ੍ਰਕਾਰ ਦੀ ਕੋਈ ਜਿਸ ਤਰ੍ਹਾਂ ਕਿ ਹੈਂਡੀਕੈਪਟ ਹੁੰਦਾ ਸੀਗਾ, ਕਿਸੇ ਦੀ ਕੋਈ ਲੱਤ ਨਹੀਂ ਕੰਮ ਕਰਦੀ ਸੀ, ਕਿਸੇ ਦੀ ਬਾਂਹ ਨਹੀਂ ਕੰਮ ਕਰਦੀ, ਕਿਸੇ ਨੂੰ ਦਿਖਾਈ ਨਹੀਂ ਦਿੰਦਾ ਸੀਗਾ, ਜਾਂ ਕੋਈ ਬੋਲ ਨਹੀਂ ਸਕਦਾ ਸੀਗਾ, ਤਾਂ ਉਹਨਾਂ ਵਿਦਿਆਰਥੀਆਂ ਨੂੰ ਅਸੀਂ ਅਪੰਗ ਕਹਿ ਦਿੰਦੇ ਸੀਗੇ ਪਹਿਲਾਂ। ਸੋ ਹੁਣ ਜਿਹੜਾ ਸੰਵਿਧਾਨ ਦੇ ਵਿੱਚ ਸੋਧ ਕਰਕੇ ਜਿਹੜਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਜਿਹੜਾ ਕੀਤਾ ਗਿਆ ਹੈਗਾ, ਉਸ ਦੇ ਅਨੁਸਾਰ ਜਿਹੜਾ ਵਿਸ਼ਿਸ਼ਟ ਜ਼ਰੂਰਤਾਂ ਵਾਲੇ ਵਰਗ ਜਿਹੜਾ ਉਹਨਾਂ ਨੂੰ ਹੁਣ ਕਿਹਾ ਜਾਂਦਾ ਹੈ, ਯਾਨੀ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਨੇ, ਉਹਨਾਂ ਨੂੰ ਸਿੱਖਣ ਦੇ ਲਈ ਵਿਸ਼ੇਸ਼ ਜ਼ਰੂਰਤਾਂ ਦੀ ਲੋੜ ਪੈਂਦੀ ਹੈਗੀ ਹੈਗੀ। ਸੋ ਇਸ ਲਈ ਉਹਨਾਂ ਨੂੰ ਵਿਸ਼ਿਸ਼ਟ ਜ਼ਰੂਰਤਾਂ ਵਾਲੇ ਜਿਹੜੇ ਬਾਲਕ ਕਿਹਾ ਜਾਂਦਾ ਹੈਗਾ ਗਾ। ਸੋ ਅੱਗੇ ਨੈਕਸਟ ਕੁਐਸਚਨ ਹੈਗਾ ਜੀ, ਲਦਾਖ ਨੂੰ ਹੋਰ ਕਿਸ ਨਾਂ ਨਾਲ ਬੁਲਾਇਆ ਜਾਂਦਾ ਹੈਗਾ ਗਾ? ਸੋ ਨੈਕਸਟ ਉੱਤਰ ਦੇਖਦੇ ਹਾਂ ਕਿਹੜਾ। ਆਪਸ਼ਨ ਇੱਕ ਹੈਗਾ ਜੀ ਛੋਟਾ ਅਰਬ, ਆਪਸ਼ਨ ਦੋ ਹੈ ਛੋਟਾ ਤਿੱਬਤ, ਆਪਸ਼ਨ ਤਿੰਨ ਹੈਗਾ ਛੋਟਾ ਪਠਾਰ, ਅਤੇ ਆਪਸ਼ਨ ਚਾਰ ਹੈ ਛੋਟਾ ਸੰਭਾਵਨਾ। ਸੋ ਇਹਦਾ ਸਹੀ ਜਿਹੜਾ ਉੱਤਰ ਹੈਗਾ ਜੀ ਉਹ ਹੈਗਾ ਛੋਟਾ ਤਿੱਬਤ, ਯਾਨੀ ਕਿ ਲਦਾਖ ਨੂੰ ਅਸੀਂ ਦੂਸਰੇ ਨਾਮ ਨਾਲ ਛੋਟਾ ਤਿੱਬਤ ਕਹਿ ਸਕਦੇ ਹੈਗੇ। ਛੋਟਾ ਛੋਟਾ ਤਿੱਬਤ ਹੈ ਜਿਹੜਾ ਉਹ ਲਦਾਖ ਨੂੰ ਕਿਹਾ ਜਾਂਦਾ ਹੈਗਾ, ਯਾਨੀ ਕਿ ਲਦਾਖ ਦਾ ਨਾਮ ਜਿਹੜਾ ਅਸੀਂ ਦੂਸਰਾ ਲੈਂਦੇ ਹੈਗੇ ਹਾਂ ਕਿ ਉਹ ਛੋਟਾ ਤਿੱਬਤ ਕਿਹਾ ਹੈਗਾ। ਸੋ ਨੈਕਸਟ ਕੁਐਸਚਨ ਜੀ, IPTA ਦਾ ਪੂਰਾ ਅਰਥ ਕੀ ਹੈ? ਆਪਸ਼ਨ ਇੱਕ ਹੈਗਾ ਜੀ ਇੰਡੀਅਨ ਪ੍ਰੈਸ ਟਰੱਸਟ ਐਸੋਸੀਏਸ਼ਨ, ਆਪਸ਼ਨ ਦੋ ਹੈ ਜੀ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ, ਆਪਸ਼ਨ ਤਿੰਨ ਹੈਗਾ ਜੀ ਇੰਡੀਅਨ ਪੀਪਲਜ਼ ਟਰੱਸਟ ਐਸੋਸੀਏਸ਼ਨ, ਆਪਸ਼ਨ ਚਾਰ ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਹਦਾ ਜਿਹੜਾ ਸਹੀ ਉੱਤਰ ਹੈਗਾ ਜੀ ਆਈ ਦਾ ਮਤਲਬ ਇੰਡੀਅਨ, ਪੀ ਮਤਲਬ ਪੀਪਲਜ਼, ਅਤੇ ਟੀ ਮਤਲਬ ਥੀਏਟਰ, ਅਤੇ ਏ ਮਤਲਬ ਐਸੋਸੀਏਸ਼ਨ, ਯਾਨੀ ਕਿ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਇਹਦਾ ਸਹੀ ਜਿਹੜਾ ਅਰਥ ਹੈਗਾ। ਸੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਇੰਟਰਨੈਟ ਉੱਤੇ ਵਿਸ਼ਵ ਦੀਆਂ ਲਗਭਗ ਕਿੰਨੀਆਂ ਭਾਸ਼ਾਵਾਂ ਦਾ ਪ੍ਰਦਰਸ਼ਨ ਹੈਗਾ ਜੀ? ਆਪਸ਼ਨ ਇੱਕ ਹੈਗਾ ਜੀ 5,000, ਆਪਸ਼ਨ ਦੋ ਹੈ 6,000, ਆਪਸ਼ਨ ਤਿੰਨ ਹੈਗਾ ਜੀ 200, ਆਪਸ਼ਨ ਚਾਰ ਹੈ ਜੀ 6,500। ਸੋ ਇੰਟਰਨੈਟ ਦੇ ਉੱਤੇ ਵਿਸ਼ਵ ਦੀਆਂ ਲਗਭਗ ਜਿਹੜੀਆਂ ਉਹ ਹੈਗੀਆਂ ਨੇ ਕਿ 6,000 ਭਾਸ਼ਾਵਾਂ ਦਾ ਜਿਹੜਾ ਪ੍ਰਦਰਸ਼ਨ ਹੁੰਦਾ, ਲਗਭਗ ਇੰਟਰਨੈਟ ਦੇ ਉੱਤੇ 6,000 ਭਾਸ਼ਾਵਾਂ ਉਹ ਮਿਲਦੀਆਂ ਹੈਗੀਆਂ ਨੇਗੀਆਂ। ਸੋ ਨੈਕਸਟ ਕੁਐਸਚਨ ਜੀ, ਸਾਡੇ ਸੰਵਿਧਾਨ ਨਿਰਮਾਤਾ ਨੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਜਿਹੜਾ ਕਿੱਥੋਂ ਉਧਾਰਾ ਲਿਆ ਹੈਗਾ? ਨੀਤੀ ਦੇ ਨਿਰਦੇਸ਼ ਜਿਹੜੇ ਕਿੱਥੋਂ ਲੈਣੇ ਸਾਡੇ ਸੰਵਿਧਾਨ ਨੇ? ਆਪਸ਼ਨ ਇੱਕ ਹੈਗਾ ਜਰਮਨੀ ਦੇ ਸੰਵਿਧਾਨ ਤੋਂ ਜੀ, ਆਪਸ਼ਨ ਦੋ ਹੈਗਾ ਅਮੈਰੀਕਾ ਦੇ ਸੰਵਿਧਾਨ ਤੋਂ ਜੀ, ਆਪਸ਼ਨ ਤਿੰਨ ਹੈ ਆਇਰਲੈਂਡ ਦੇ ਸੰਵਿਧਾਨ ਤੋਂ ਜੀ, ਆਪਸ਼ਨ ਚਾਰ ਹੈਗਾ ਫਰਾਂਸ ਦੇ ਸੰਵਿਧਾਨ ਤੋਂ। ਸਹੀ ਜਿਹੜਾ ਉੱਤਰ ਹੈਗਾ ਜੀ ਇਹਦਾ, ਸਹੀ ਜਿਹੜਾ ਉੱਤਰ ਹੈਗਾ ਜੀ ਆਇਰਲੈਂਡ ਦੇ ਸੰਵਿਧਾਨ ਤੋਂ, ਜਿਹੜਾ ਭਾਰਤ ਦੇ ਨਿਰਮਾਤਾਵਾਂ ਨੇ ਨੀਤੀ ਨਿਰਦੇਸ਼ਕ ਦੇ ਸਿਧਾਂਤ ਲਏ ਸੀਗੇ। ਆਇਰਲੈਂਡ ਦੇ ਜਿਹੜੇ ਸੰਵਿਧਾਨ ਸੀਗਾ ਉੱਥੋਂ ਭਾਰਤੀ ਸੰਵਿਧਾਨ ਨੇ ਜਿਹੜੇ ਨੀਤੀ ਨਿਰਦੇਸ਼ ਦੇ ਸਿਧਾਂਤ ਚੁੱਕੇ ਨੇ ਉੱਥੋਂ ਉਹਨਾਂ ਨੂੰ ਕਾਪੀ ਕੀਤਾ ਹੈਗਾ। ਸੋ ਨੈਕਸਟ ਕੁਐਸਚਨ ਦੇ, ਪਿੱਠ ਵਿੱਚ ਕੁੱਬ ਵਾਲੇ ਲੋਕ ਦੁਸ਼ਟ ਬੁੱਧੀ ਅਤੇ ਬੁਰੇ ਹੁੰਦੇ ਹਨ, ਇਹ ਇੱਕ ਮਾਨਤਾ ਡੈਸ਼ ਮਾਨਤਾ ਹੈ। ਆਪਸ਼ਨ ਇੱਕ ਹੈਗਾ ਰੂੜੀ ਜੀ, ਆਪਸ਼ਨ ਦੋ ਹੈ ਦਵੇਸ਼ ਜੀ, ਆਪਸ਼ਨ ਤਿੰਨ ਹੈ ਭਵੇਦ, ਅਤੇ ਆਪਸ਼ਨ ਚਾਰ ਹੈ ਅਸਮਾਨਤਾ। ਸੋ ਜਿਹੜੇ ਪਿੱਠ ਵਿੱਚ ਕੁੱਬ ਵਾਲੇ ਦੁਸ਼ਟ ਬੁੱਧੀ ਅਤੇ ਬੁਰੇ ਹੁੰਦੇ ਨੇ, ਇਹ ਇੱਕ ਰੂੜੀਵਾਦੀ ਸੋਚ ਹੈਗੀ ਹੈਗੀ, ਰੂੜੀਵਾਦੀ ਜਿਹੜੀ ਮਾਨਤਾ ਹੈਗੀ ਹੈ, ਕਿਉਂਕਿ ਇਸ ਤਰ੍ਹਾਂ ਦਾ ਜ਼ਰੂਰੀ ਨਹੀਂ ਕਿ ਇਸ ਪਿੱਠ ਦੇ ਵਿੱਚ ਕੁੱਬ ਹੋਣ ਨਾਲ ਦੁਸ਼ਟ ਜਿਹੜੀ ਬੁੱਧੀ ਆ ਬੁਰੇ ਹੋ ਜਾਂਦੇ ਹੈਗੇ ਨੇ। ਸੋ ਇਸ ਲਈ ਜਿਹੜੀ ਰੂੜੀਵਾਦੀ ਸੋਚ ਇੱਕ ਮਾਨਤਾ। ਸੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ, ਸਮੀਰ ਤੋਤ ਨਾਂ ਵਿੱਚ ਕਿਉਂ ਸੀ? ਆਪਸ਼ਨ ਦੋ ਹੈ ਜੀ ਦੰਗਿਆਂ ਦੇ ਕਾਰਨ, ਆਪਸ਼ਨ ਦੋ ਹੈਗਾ ਜੀ ਏਕਤਾ ਦੇ ਕਾਰਨ, ਆਪਸ਼ਨ ਤਿੰਨ ਹੈ ਖਾਦ ਸੁਰੱਖਿਆ ਦੇ ਕਾਰਨ, ਆਪਸ਼ਨ ਚਾਰ ਹੈਗਾ ਜੀ ਬੇਰੁਜ਼ਗਾਰੀ ਦੇ ਕਾਰਨ। ਸੋ ਜਿਹੜਾ ਸਮੀਰ ਜਿਹੜਾ ਦੋਤ ਨਾਂ ਦੇ ਵਿੱਚ ਸੀਗਾ ਉਹ ਦੰਗਿਆਂ ਦੇ ਕਾਰਨ ਸੀਗਾ, ਦੰਗਿਆਂ ਦੇ ਕਾਰਨ ਜਿਹੜਾ ਉਸਨੂੰ ਸਮੀਰ ਜਿਹੜਾ ਦੋਤ ਨਾਂ ਵਿੱਚ ਸੀਗਾ। ਸੋ ਅੱਗੇ ਨੈਕਸਟ ਕੁਐਸਚਨ ਜੀ, ਰਾਸ਼ਟਰੀ ਗੀਤ ਨੂੰ ਗੀਤ ਜਿਹੜਾ ਕਿਸਨੇ ਲਿਖਿਆ? ਆਪਸ਼ਨ ਇੱਕ ਹੈ ਪੰਡਿਤ ਜਵਾਹਰ ਲਾਲ ਨਹਿਰੂ, ਆਪਸ਼ਨ ਦੋ ਹੈਗਾ ਜੀ ਸ਼੍ਰੀ ਰਾਜ ਗੋਪਾਲਚਾਰੀ, ਆਪਸ਼ਨ ਤਿੰਨ ਹੈ ਰਵਿੰਦਰ ਨਾਥ ਟੈਗੋਰ, ਆਪਸ਼ਨ ਚਾਰ ਹੈ ਆਰ ਐੱਨ
ਠਾਕੁਰ। ਸੋ ਜਿਹੜਾ ਰਾਸ਼ਟਰੀ ਗੀਤ ਹੈ ਸਾਡਾ ਉਹ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਹੈਗਾ ਗਾ, ਜਣੇ ਗਣੇ ਮਨ ਜਿਸ ਨੂੰ ਕਹਿ ਦਿੰਦੇ ਕਿ ਅਸੀਂ ਅਕਸਰ ਹੀ ਸਕੂਲ ਦੇ ਵਿੱਚ ਜਿਹੜਾ ਸੁਣਦੇ ਹੈਗੇ ਹਾਂ, ਬੱਚਿਆਂ ਨੂੰ ਪ੍ਰੇਅਰ ਕਰਵਾਈ ਜਾਂਦੀ ਹੈਗੀ ਹੈ ਰਾਸ਼ਟਰ ਗੀਤ ਦੀ। ਸੋ ਉੱਥੇ ਰਾਸ਼ਟਰ ਗੀਤ ਹੈਗਾ ਉਹ ਰਵਿੰਦਰਨਾਥ ਟੈਗੋਰ ਦੁਆਰਾ ਲਿਖਿਆ ਗਿਆ ਹੈ। ਸੋ ਨੈਕਸਟ ਕੁਐਸਚਨ ਦੇ ਚੱਲਦੇ ਹਾਂ। ਲਦਾਖ ਮਾਰੂਸਥਲ ਕਿਸ ਰਾਜ ਵਿੱਚ ਸਥਿਤ ਹੈ? ਆਪਸ਼ਨ ਇੱਕ ਹੈਗਾ ਜੀ ਕੇਰਲ, ਆਪਸ਼ਨ ਦੋ ਹੈਗਾ ਮੱਧ ਪ੍ਰਦੇਸ਼, ਆਪਸ਼ਨ ਤਿੰਨ ਹੈ ਜੰਮੂ ਅਤੇ ਕਸ਼ਮੀਰ, ਅਤੇ ਆਪਸ਼ਨ ਚਾਰ ਹੈ ਰਾਜਸਥਾਨ। ਸੋ ਜਿਹੜਾ ਸਹੀ ਉੱਤਰ ਹੈਗਾ ਜੀ ਉਹ ਹੈਗਾ ਜੰਮੂ ਅਤੇ ਕਸ਼ਮੀਰ, ਜਾਣੀ ਕਿ ਜਿਹੜਾ ਲਦਾਖ ਮਾਰੂਸਥਲ ਹੈਗਾ ਜੀ ਉਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਸਥਿਤ ਹੈ। ਸੋ ਅੱਗੇ ਨੈਕਸਟ ਕੁਐਸਚਨ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਅਸਮਾਨਤਾ ਦੀ ਜਿਹੜਾ ਉਦਾਹਰਣ ਨਹੀਂ ਹੈਗਾ? ਆਪਸ਼ਨ ਇੱਕ ਹੈਗਾ ਜੀ ਸਰਕਾਰ ਦੀ ਚੋਣ ਲਈ ਮਤਦਾਨ ਕਰਨਾ, ਆਪਸ਼ਨ ਦੋ ਹੈ ਕਿਸੇ ਧਰਮ ਨਾਲ ਜੁੜੇ ਹੋਣਾ, ਆਪਸ਼ਨ ਤਿੰਨ ਹੈ ਇੱਕ ਹੀ ਭਾਸ਼ਾ ਦਾ ਪ੍ਰਯੋਗ ਕਰਨਾ, ਆਪਸ਼ਨ ਚਾਰ ਹੈਗਾ ਜੀ ਪੈਸਾ ਕਮਾਉਣਾ। ਸੜਿਆ ਸਹੀ ਜਿਹੜਾ ਉੱਤਰ ਹੈਗਾ ਜੀ ਉਹ ਇੱਥੇ ਹੈਗਾ ਸਰਕਾਰ ਦੀ ਚੋਣ ਲਈ ਮਤਦਾਨ ਦੇਣਾ, ਕਿਉਂਕਿ ਇਹ ਜਿਹੜਾ ਤੱਥ ਹੈਗਾ ਇਹ ਅਸਮਾਨਤਾ ਨੂੰ ਨਹੀਂ ਦਿਖਾਉਂਦਾ, ਯਾਨੀ ਕਿ ਅਸਮਾਨਤਾ ਦੀ ਉਦਾਹਰਣ ਨਹੀਂ ਹੈਗਾ, ਸੋ ਕਿ ਸਾਰਿਆਂ ਨੂੰ ਸਮਾਨ ਸਮਝਦਾ, ਕਿਉਂਕਿ ਸਾਰੇ ਹੀ ਲੋਕ ਜਿਹੜੇ ਸਰਕਾਰ ਦੀ ਚੋਣ ਕਰਦੇ ਨੇਗੇ, ਸਾਰੇ ਹੀ ਲੋਕ ਮਤਦਾਨ ਦੁਆਰਾ ਜਿਹੜਾ ਸਰਕਾਰ ਦਾ ਨਿਰਮਾਣ ਕਰਦੇ ਹੈ, ਆਪਣੀ ਵੋਟ ਦਾ ਉਹ ਵਰਤੋਂ ਕਰਦੇ ਹੈਗੇ ਨੇ। ਸੋ ਇੱਥੇ ਜਿਹੜਾ ਸਮਾਨਤਾ ਨੂੰ ਉਹ ਪੇਸ਼ ਕਰਦਾ, ਅਸਮਾਨਤਾ ਨੂੰ ਹੀ ਅਸਮਾਨਤਾ ਦੇ ਤੱਥ ਪੇਸ਼ ਕਰਦੇ ਹੈਗੇ ਨੇ, ਉਹ ਕਿਸੇ ਇੱਕ ਧਰਮ ਨਾਲ ਜੁੜਿਆ ਹੋਊਗਾ ਠੀਕ ਹੈ, ਜਾਂ ਇੱਕ ਹੀ ਭਾਸ਼ਾ ਦਾ ਪ੍ਰਯੋਗ ਕਰੂਗਾ ਜਾਂ ਪੈਸਾ ਕਮਾਉਣ ਲਈ ਹੋਊਗਾ। ਸੋ ਇਸ ਲਈ ਇੱਥੇ ਜਿਹੜਾ ਸਹੀ ਜਿਹੜਾ ਉੱਤਰ ਹੈਗਾ ਅਸਮਾਨਤਾ ਜਿਹੜਾ ਉਦਾਹਰਣ ਨਹੀਂ ਹੈਗਾ ਗਾ ਸਰਕਾਰ ਦੀ ਚੋਣ ਲਈ ਮਤਦਾਨ ਦੇਣਾ। ਸੋ ਨੈਕਸਟ ਕੁਐਸਚਨ ਦੀ, ਅਨੇਕਤਾ ਵਿੱਚ ਏਕਤਾ ਇੱਕ ਇਹ ਵਾਕਾਂਸ਼ ਕਿਸ ਵਿਅਕਤੀ ਵੱਲੋਂ ਕਿਹਾ ਗਿਆ ਸੀਗਾ? ਆਪਸ਼ਨ ਹੈਗਾ ਸ਼੍ਰੀਮਤੀ ਇੰਦਰਾ ਗਾਂਧੀ, ਆਪਸ਼ਨ ਦੋ ਹੈ ਜਵਾਹਰ ਲਾਲ ਨਹਿਰੂ, ਆਪਸ਼ਨ ਤਿੰਨ ਹੈਗਾ ਮਹਾਤਮਾ ਗਾਂਧੀ, ਆਪਸ਼ਨ ਚਾਰ ਹੈਗਾ ਜੀ ਡਾਕਟਰ ਰਜਿੰਦਰ ਪ੍ਰਸਾਦ। ਸੋ ਇਹਦਾ ਸਹੀ ਉੱਤਰ ਹੈਗਾ ਜੀ ਜਵਾਹਰ ਲਾਲ ਨਹਿਰੂ, ਯਾਨੀ ਕਿ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਵਿੱਚ ਜਿਹੜੀ ਅਨੇਕਤਾ ਦੇ ਵਿੱਚ ਏਕਤਾ ਹੈਗੀ, ਯਾਨੀ ਕਿ ਲੋਕ ਇੱਥੇ ਵੱਖ ਵੱਖ ਪ੍ਰਕਾਰ ਦੇ ਨੇ ਪਰ ਫਿਰ ਵੀ ਇਹ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹੈਗੇ ਨੇ, ਯਾਨੀ ਕਿ ਇਹਨਾਂ ਦੇ ਵਿੱਚ ਏਕਤਾ ਹੈਗੀ ਹੈ। ਸੋ ਇਹ ਸੀਗੇ ਪੋਲੀਟੀਕਲ ਨਾਲ ਸੰਬੰਧਿਤ ਤੁਹਾਡੇ ਕੁਛ ਇੰਪੋਰਟੈਂਟ ਕੁਐਸਚਨ। ਸੋ ਅੱਗੇ ਵੀ ਇਸ ਤਰ੍ਹਾਂ ਜਿਹੜੇ ਕੁਐਸਚਨ ਅਸੀਂ ਪੋਲੀਟੀਕਲ ਸੰਬੰਧ ਨਾਲ ਹੋਰ ਪਾਉਂਦੇ ਰਹਾਂਗੇ। ਸੋ ਜੇਕਰ ਵੀਡੀਓ ਪਸੰਦ ਹੋਈ ਇਸਨੂੰ ਲਾਈਕ ਜ਼ਰੂਰ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।